ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੇ ਹੀਰੋ ਅਨਮੋਲ ਕਵਾਤਰਾ ਉੱਤੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਦੇ ਉਹਨਾਂ ਦੇ ਹਜ਼ਾਰਾਂ ਸਮਰਥਕਾਂ ਵੱਲੋਂ ਰੋਡ ਜਾਮ ਕੀਤਾ ਗਿਆ ਅਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਘਟਨਾ ਵਾਲੀ ਥਾਂ ਤੇ ਇਕੱਠਾ ਹੋ ਗਏ। ਅਕਸਰ ਹੀ ਫੇਸਬੁੱਕ ਰਾਹੀਂ ਲਾਈਵ ਹੋ ਕੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਵਾਲੇ ਅਤੇ ਹੋਰ ਲੋਕਾਂ ਨੂੰ ਵੀ ਇਸ ਨੇਕ ਕੰਮ ਲਈ ਪ੍ਰੇਰਿਤ ਕਰਨ ਵਾਲੇ ਅਨਮੋਲ ਕਵਾਤਰਾ ਅਤੇ ਉਹਨਾਂ ਦੇ ਪਿਤਾ ਉੱਪਰ ਕਾਂਗਰਸ ਦੇ ਕੁਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਅਨਮੋਲ ਕਵਾਤਰਾ ਉੱਪਰ ਹੋਏ ਹਮਲੇ ਦੀ ਖਬਰ ਅੱਗ ਵਾਂਗ ਲੁਧਿਆਣਾ ਵਿੱਚ ਫੈਲ ਗਈ ਅਤੇ ਦੇਖਦੇ ਹੀ ਦੇਖਦੇ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਇਕੱਠਾ ਹੋ ਗਏ ਅਤੇ ਉਹਨਾਂ ਨੇ ਅਨਮੋਲ ਅਤੇ ਉਸਦੇ ਪਿਤਾ ਉੱਪਰ ਹਮਲਾ ਕਰਨ ਦੇ ਦੋਸ਼ੀਆਂ ਮਨੀ ਗਰੇਵਾਲ ਅਤੇ ਰਾਮਪਾਲ ਨਾਮ ਦੇ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਅਤੇ ਉਹਨਾਂ ਦੇ ਸਮਰਥਕਾਂ ਸਮੇਤ ਨੈਸ਼ਨਲ ਹਾਈਵੇ ਰੋਡ ਜਾਮ ਕਰ ਦਿੱਤਾ ਗਿਆ। ਅਨਮੋਲ ਉੱਪਰ ਹੋਏ ਹਮਲੇ ਬਾਰੇ ਪਤਾ ਲੱਗਿਆ ਹੀ ਅਕਾਲੀ ਦਲ ਬਾਦਲ ਅਤੇ ਲੋਕ ਇਨਸਾਫ਼ ਪਾਰਟੀ ਦੇ ਨੁਮਾਇੰਦੇ ਵੀ ਘਟਨਾ ਸਥਾਨ ਤੇ ਪਹੁੰਚ ਗਏ। ਅੱਜ ਪੰਜਾਬ ਦੇ ਅੰਦਰ ਲਾਇਨ ਡਾਕਟਰ ਪੂਰੀ ਤਰ੍ਹਾਂ ਖਤਮ ਹੋ ਗਿਆ, ਚਰਮ ਰਾ ਗਿਆ। ਇੱਕ ਇਨੋਸੈਂਟ ਬੰਦਾ ਜਿਹਦਾ ਕੋਈ ਲੈਣ ਦੇਣ ਨਾਲ ਚੰਗਾ ਅੱਛਾ ਵਪਾਰੀ ਸਮਾਜ ਸੇਵੀ ਪਰਿਵਾਰ ਉਹ ਸੁਰੱਖਿਅਤ ਨਹੀਂ ਹੈਗਾ। ਆਮ ਲੋਕਾਂ ਦਾ ਕੀ ਹਾਲ ਹੋਊ ਸਰ? ਸੋਸ਼ਲ ਵਰਕਰਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਾਂਗਰਸੀ ਤੇ ਪੁਲਿਸ ਜਿਹੜੀ ਆ ਮੁਕਤ ਸਿੰਘ ਬਣੀ ਹੋਈ। ਸੋ ਅਸੀਂ ਧਿਆਨ ਲਵਾਂਗੇ, ਨਾ ਅਸੀਂ ਕਿਸੇ ਕਾਂਗਰਸ ਦੇ ਦੰਦ ਵਾਲਿਆਂ ਤੇ ਨਾ ਜਿਹਨਾਂ ਦੀ ਸਮਾਜ ਸੇਵੀ ਹੈ, ਗਰੀਬਾਂ ਦੀ ਮਦਦ ਕਰਿਆ। ਅੱਜ ਉਹਨਾਂ ਦੇ ਨਾਲ ਦੋਨਾਂ ਦੇ ਪਿਤਾ ਜੀ ਨਾਲ ਬਹੁਤ ਧੱਕਾ ਆਇਆ, ਮਨੀ ਗਰੇਵਾਲ ਤੇ ਮਨੀ ਰਾਮਪਾਲ, ਇਹ ਦੋਨਾਂ ਨੇ ਹਮਲਾ ਕੀਤਾ 25-30 ਨਾਲ ਬੰਦੇ ਲਿਜਾ ਕੇ। ਕਾਂਗਰਸ ਸਰਕਾਰ ਹਮੇਸ਼ਾ ਦੂਜਿਆਂ ਦਾ ਸਹਾਰਾ ਲੈਂਦੀ ਹੈ। ਅੱਜ ਅਨਮੋਲ ਜੀ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇੱਕ ਸਪੀਚ ਕੀਤੀ ਹੈ ਕਿ ਜਿਹੜਾ ਵੀ ਬੰਦਾ ਜਿਹੜਾ ਆਪਣੇ ਆਪ ਤੋਂ ਉੱਪਰ ਉੱਠ ਕੇ ਸਿਆਸਤ ਛੱਡ ਕੇ ਸਾਡੇ ਨਾਲ ਆ ਜਾਵੇ, ਅਸੀਂ ਸਾਰੇ ਇਹਦੇ ਨਾਲ ਆਪਣੀ ਸਿਆਸਤ ਤੋਂ ਉੱਪਰ ਉੱਠ ਕੇ ਆਏ ਹਾਂ, ਕਿਉਂਕਿ ਇਹਨਾਂ ਦਾ ਧੱਕਾ ਸਾਰੇ ਲੁਧਿਆਣੇ ਨਾਲ ਪਾਇਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਾਂਗਰਸ ਸਰਕਾਰ ਉੱਪਰ ਤਿੱਖੇ ਸ਼ਬਦੀ ਵਾਰ ਕੀਤੇ ਗਏ ਅਤੇ ਇਸ ਕਾਰੇ ਨੂੰ ਕਾਂਗਰਸ ਦੀ ਗੁੰਡਾਗਰਦੀ ਕਰਾਰ ਦਿੱਤਾ ਗਿਆ। ਮੈਂ ਬੜੇ ਦਿਨਾਂ ਤੋਂ ਕਹਿ ਰਿਹਾ ਸੀ ਕਿ ਮੇਰਾ ਪਟਾਕਾ ਪੈਣਾ, ਤੁਹਾਡਾ ਪਿਓ ਤਿਆਰ ਹੈ ਹੁਣ ਮਰਨ ਨੂੰ, ਜਿਹਦੇ ਬੰਟਿਆਂ 'ਚ ਦਮ ਹੈਗਾ, ਜੂਸ ਹੈਗਾ, ਮੈਂ ਇਕੱਲਾ ਹੁੰਦਾ। ਮੈਂ ਬਹੁਤ ਦਿਨ ਤੋਂ ਕੰਟਰੋਲ ਕਰ ਰਿਹਾ ਸੀ ਮੈਂ ਨਾ ਬੋਲਾਂ, ਪਰ ਅੱਜ ਕਾਂਗਰਸੀਆਂ ਨੇ ਆਪਣੀ ਔਕਾਤ ਦਿਖਾ ਤੀ। ਮੈਂ ਬਹੁਤ ਇੱਜ਼ਤ ਕਰਦਾ ਸੀ, ਅੱਜ ਮੇਰੇ ਫਾਦਰ ਸਾਹਿਬ ਨੂੰ ਘੇਰ ਕੇ ਇਹਨਾਂ ਨੇ ਗਾਲਾਂ ਕੱਢੀਆਂ, ਮੇਰੇ 'ਤੇ ਹੱਥ ਚੁੱਕਿਆ, ਭਾਜੀ ਮੇਰੇ ਪਾਪਾ ਦੇ ਹੱਥ ਚੁੱਕਿਆ, ਜਿਹੜਾ ਮੈਂ ਬਰਦਾਸ਼ਤ ਨਹੀਂ ਕਰਾਂਗਾ। ਇੱਕ ਇੱਥੇ ਰਾਮਪਾਲ ਹੈਗਾ ਜਿਹਨੂੰ ਮੁਹੱਲੇ 'ਚ ਕੀ ਪੈਂ ਘਰ 'ਤੇ ਨਹੀਂ ਮੂੰਹ ਲਾ ਕੇ ਖੁਸ਼, ਰਾਮਪਾਲ ਉਹਦੀ ਫੋਟੋ ਦਿਖਾਓ ਕੱਢ ਕੇ, ਜੇ ਕੋਈ ਹੈਗਾ ਰਾਮਪਾਲ ਇਹਦੇ ਸ਼ਹਿਰ 'ਚ ਪੂਰਾ ਜਲੂਸ ਕੱਢੀਏ। ਰਾਮਪਾਲ ਬਹੁਤ ਇੱਜ਼ਤ ਕਰਦਾ ਸੀ ਮੈਂ ਇਹਨਾਂ ਦੀ, ਮੈਂ ਸ਼ਿਵਪੁਰੀ ਇਲਾਕੇ ਦਾ ਰਹਿਣ ਵਾਲਾ। ਮੈਂ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਦੱਸਣ ਲੱਗਾ ਮੇਰੇ ਡੈਡੀ ਇਲੈਕਸ਼ਨਾਂ 'ਚ ਖੜੇ ਸੀਗੇ, ਮੇਰੇ ਘਰ ਕਲੇਸ਼ ਚੱਲਿਆ ਸੀ, ਮੈਂ ਪੋਲੀਟਿਕਸ 'ਚ ਨਹੀਂ ਆਇਆ। ਇਹਨਾਂ ਹਰਾਮਦਿਆਂ ਨੂੰ ਸ਼ਰਮ ਨਹੀਂ ਆਈ ਕਿ ਇੱਕ ਮੁੰਡੇ ਨੇ ਆਪਣੇ ਪਿਓ ਦਾ ਪੋਲੀਟਿਕਸ ਦੇ ਵਿੱਚ ਸਾਥ ਨਹੀਂ ਦਿੱਤਾ, ਅੱਜ ਉਹਨੂੰ ਮਿਲਿਆ ਕੀ?
ਮਿਲਿਆ ਤਮਾਸ਼ਾ ਥੱਪੜ ਆ ਕੱਪੜੇ ਪਾੜੇ ਇਹਨਾਂ ਨੇ ਕੱਪੜੇ ਪਾੜ ਕੇ ਅੱਜ ਅਨਮੋਲ ਕਵਾਤਰਾ ਇੱਥੋਂ ਹਿੱਲੂਗਾ ਨਹੀਂ ਜਿੰਨੇ ਮੈਨੂੰ ਪਿਆਰ ਕਰਨ ਵਾਲੇ ਮੈਨੂੰ ਤਾਂ ਛੱਡੋ ਪੈ ਜੋ ਮੈਨੂੰ ਕੀ ਪਿਆਰ ਕਰਨਾ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸ਼ਿਵਪੁਰੀ ਇਲਾਕਾ ਅੰਮ੍ਰਿਤ ਸਵੀਟਸ ਦੇ ਕੋਲ ਮੈਂ ਬੈਠਾ ਰੋਡ ਤੇ ਜਦੋਂ ਤੱਕ ਇਹ ਬੰਦੇ ਅੰਦਰ ਨਹੀਂ ਹੁੰਦੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਕੁੱਟਿਆ ਨਹੀਂ ਹੈ ਕਹਿੰਦੇ ਅਨਮੋਲ ਦੋ ਨੰਬਰ ਦੀ ਕਮਾਈ ਕਰਦਾ ਕਿਹੜਾ ਹਰਾਮ ਦਾ ਸਾਬਤ ਕਰ ਦੇਵੇ ਦੋ ਨੰਬਰ ਦੀ ਕਮਾਈ ਮੇਰੀ ਸਾਰੀ ਜ਼ਿੰਦਗੀ ਲਈ ਹੁਣੀ ਫਾਂਸੀ ਚੜੂੰਗਾ ਜੇ ਸਾਬਤ ਨਾ ਕਰ ਪਾਏ ਤਾਂ ਇੱਥੇ ਮੈਨੂੰ ਮਿਲਣਾ ਫੋਟੋ ਤਾਂ ਰਾਮਪਾਲ ਦੀ ਇਹ ਹੈ ਰਾਮਪਾਲ ਆਪਣੇ ਆਪ ਨੂੰ ਸਮਝਦਾ ਦੋ ਟਕੇ ਦਾ ਬੰਦੇ ਦੀ ਨਾ ਸ਼ਕਲ ਨਾ ਅਕਲ ਕਹਿੰਦਾ ਜੀ ਅਨਮੋਲ 17,000 ਦੀ ਜੈਕਟ ਬੰਦਾ ਤੇਰੇ ਪਿਓ ਕੋਲ ਲੱਗੇ ਬੰਨਾ ਸਾਰਿਆ ਔਕਾਤ ਹੈ ਤਾਂ ਬੰਨਾ ਤੇਰਾ ਬੁੜਾ ਤੀਜੀ ਕਲਾਸ ਦੇ ਵਿੱਚ 7.5 ਲੱਖ ਰੁਪਏ ਲਾ ਕੇ ਸਿੰਗਾਪੁਰ ਘੁੰਮ ਕੇ ਆਇਆ ਸੀ ਸਾਲੇ ਅੱਜ ਮੈਂ ਬਾਈਆਂ ਦਾ ਤੂੰ ਮੈਨੂੰ ਸੋਚਦਾ ਟੁੱਚ ਮੈਂ ਟੁੱਚੀ ਹਾਂ ਮੈਨੂੰ ਪਤਾ ਸੀ ਕਿ ਐਂਡ 'ਚ ਜੁੱਤੀਆਂ ਅੱਜ ਮੈਂ ਮਰਨ ਲਈ ਵੀ ਤਿਆਰ ਹਾਂ ਸਾਰੇ ਲੋਕ ਖੜੇ ਤਮਾਸ਼ਾ ਦੇਖਣ ਵਾਲੇ ਉਹਨਾਂ ਨੂੰ ਪ੍ਰਿਵੈਂਟਿਵ ਰੈਸਟ ਲੈ ਰਹੇ ਹਾਂ ਉਹਨਾਂ ਦੀ ਜਿੱਥੇ ਵੀ ਭੱਜੇ ਹੋਏ ਪੜ ਲਵੇ ਕਿ ਚੋਣਾਂ ਤੋਂ ਬਾਅਦ ਇਹਨਾਂ ਦਾ ਕੋਈ ਪੁਰਾਣੇ ਆਪਣੇ ਇਹ ਚੋਣਾਂ ਨਾਲ ਕੋਈ ਮਤਲਬ ਨਹੀਂ ਹੈ ਜਿਹੜਾ ਪੁਰਾਣਾ ਇਹਨਾਂ ਦਾ ਕੋਈ ਆਪਸ 'ਚ ਇਹ ਦੋਨੇ ਇੱਕ ਦੂਜੇ ਦੇ ਅਗੇਂਸਟ ਐਮ ਕੌਂਸਲਰ ਦੀ ਚੋਣਾਂ ਲੜੀ ਅਨਮੋਲ ਪਾਤਰਾ ਦੇ ਫਾਦਰ ਐਂਡ ਮਿਸਟਰ ਰਾਮਪਾਲ ਵਗੈਰਾ ਉਹਦੇ ਕਰਕੇ ਇਹਨਾਂ ਦੀ ਟਸਲ ਸੀਗੀ ਅੱਜ ਹਸ ਸਵੇਰ ਦੇ ਇਕੱਠੇ ਬੈਠੇ ਸੀਗੇ ਮਾਹੌਲ ਮਾਹੌਲ ਕਰਦੇ ਕਰਦੇ ਇਹਨਾਂ ਦੀ ਆਪਸ 'ਚ ਆਹ ਬਿਊਰੋ ਰਿਪੋਰਟ ਲੁਧਿਆਣਾ ਵਿਊ